ਹਾਂਜੀ ਭੈਣ ਜੀ, ਕੀ ਨਾਮ ਜੀ? ਮੋਨਿਕਾ। ਕੀ ਗੱਲਬਾਤ ਹੋਈ ਆ? ਪਤਾ ਨੀ, ਮੈਂ 3 ਵਜੇ ਹੋਸਪਿਟਲ ਸੀਗੀ, ਆਪਣਾ ਕੈਸ਼ ਬੰਦ ਕਰ ਰਹੀ ਸੀਗੀ। ਮੈਨੂੰ ਇਹਨਾਂ ਦਾ ਫੋਨ ਆਇਆ ਕਿ ਮੋਨਿਕਾ ਘਰ ਚੋਰੀ ਹੋ ਗਈ ਆ, ਤਾਂ ਮੈਂ ਫਟਾਫਟ ਐਕਟਿਵਾ ਚੱਕ ਕੇ ਘਰ ਆਈ ਆ, ਤੇ ਦੇਖਿਆ ਮੇਰਾ ਪਰਸ ਸਾਰੇ ਫਰੋਲੇ ਪਏ ਸੀਗੇ, ਤੇ ਜਿਹਦੇ ਚ 2-3 ਲੱਖ ਰੁਪਇਆ ਪਿਆ ਸੀ, ਤੇ 2 ਚਾਂਦੀ ਦੇ ਕੜੇ, 1 ਚਾਂਦੀ ਦਾ ਗਲਾਸ, ਸਾਰਾ ਕੱਢ ਕੇ ਲੈ ਗਏ ਉਹ। ਕੈਸ਼ ਕਿੰਨਾ ਸੀਗਾ? 2.5-3 ਦੇ ਵਿੱਚ। ਤੇ ਸੋਨਾ ਚਾਂਦੀ ਵੀ ਸੀ? 2 ਚਾਂਦੀ ਦੇ ਕੜੇ ਸੀਗੇ, ਚਾਂਦੀ ਦਾ ਗਲਾਸ। ਕਿੰਨਾ ਨੁਕਸਾਨ ਹੋਇਆ ਟੋਟਲ? ਨੀਅਰ ਅਬਾਊਟ 4 ਦੇ ਹੋ ਗਿਆ ਹੋਣਾ, ਕਿਉਂਕਿ ਬੱਚਿਆਂ ਨੇ ਆਪਣੀ ਕਿਤਾਬਾਂ ਦੇ ਪੈਸੇ ਜੋੜੇ ਸੀ, ਉਹ ਵੀ ਉਹ ਚੱਕ ਕੇ ਲੈ ਗਏ। ਕੁਛ ਮੰਮੀ ਮੇਰੀ ਡੈਥ ਹੋਈ ਆ, ਉਹਨਾਂ ਦੇ 10-15 ਹਜ਼ਾਰ ਰੁਪਇਆ ਪਿਆ ਸੀ, ਉਹ ਵੀ ਉਹ ਲੈ ਗਏ। ਸੀਸੀਟੀਵੀ ਕੋਈ ਲੱਗਾ ਆਪਣੇ? ਨਹੀਂ, ਆਪਣੇ ਮੁਹੱਲੇ 'ਚ ਲੱਗਾ ਆ, ਉਹਨਾਂ ਨੇ ਉੱਥੋਂ ਦੇਖਿਆ, ਕਾਰਵਾਈ ਕੀਤੀ ਹੈ। ਬੰਦਾ ਤਾਂ ਪਹਿਚਾਣ 'ਚ ਆ ਗਿਆ ਆ ਕੌਣ ਹੈ, ਬਟ ਇਹ ਨਹੀਂ ਪਤਾ ਵੀ ਹੁਣ ਫੜਨਗੇ ਕਦੋਂ। ਪੁਲਿਸ ਆਈ ਸੀ? ਹਾਂਜੀ, ਪੁਲਿਸ ਮੌਕੇ ਤੇ ਆ ਗਈ ਸੀ। ਤੇ ਹੁਣ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਸਾਡਾ ਜਿਹੜਾ ਪੈਸਾ ਉਹ ਲੈ ਗਏ ਹੈ, ਉਹ ਸਾਨੂੰ ਵਾਪਸ ਦਵਾਇਆ ਜਾਵੇ, ਤੇ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਮੇਰਾ ਨਾਮ ਗੌਰਵ ਜੈਨ ਜੀ। ਗੌਰਵ ਜੀ, ਕੀ ਗੱਲਬਾਤ ਹੋਈ ਹੈ? ਗੱਲਬਾਤ ਕੀ ਦੱਸੀਏ ਜੀ, ਸਾਰਾ ਸ਼ਹਿਰ ਹੀ ਤ੍ਰਿਪਤ ਆ, ਚੋਰਾਂ ਦੇ ਹੌਸਲੇ ਨੇ ਵੱਧ ਚੁੱਕੇ ਆ ਕਿ ਚਿੱਟੇ ਦਿਨੇ ਹੀ ਵਸਦੇ ਰਸਦੇ ਮੁਹੱਲਿਆਂ ਵਿੱਚ ਹੀ ਚੋਰੀਆਂ ਹੋਣ ਲੱਗ ਪਈਆਂ, ਤੇ ਪੁਲਿਸ ਬਿਲਕੁਲ ਨਾਕਾਮ ਸਾਬਤ ਹੋ ਰਹੀ ਆ ਇਹ ਚੋਰਾਂ ਨੂੰ ਫੜਨ ਵਾਸਤੇ। ਅੱਜ ਮੁਹੱਲਾ ਜੈਨ ਚ ਸਾਡਾ ਛੋਟਾ ਵੀਰ ਮਦਨ ਗੋਪਾਲ ਦੇ ਘਰ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਇਕੱਠੀ ਕੀਤੀ ਸੀ ਲੁੱਟ ਕੇ ਲੈ ਗਏ ਚੋਰ। ਇਹ ਬਹੁਤ ਹੀ ਮਾੜੀ ਗੱਲ ਆ, ਪ੍ਰਸ਼ਾਸਨ ਨਾਂ ਦੀ ਚੀਜ਼ ਨਕੁਦ ਰਹੀ ਨਹੀਂ। ਤੁਸੀਂ ਆਮ ਤੌਰ ਤੇ ਦੇਖਦੇ ਆ 6-6 ਦੁਕਾਨਾਂ ਚੋਰੀ ਰੋਜ਼ ਹੋ ਰਹੀ ਆ, ਕਿਤੇ 2 ਦੁਕਾਨਾਂ ਚੋਰੀ ਹੋ ਰਹੀ, ਕਿਤੇ ਦਿਨੇ ਲੁੱਟ ਹੋ ਰਹੀ ਆ। ਜੇ ਪੁਲਿਸ ਕੋ ਜਾਈਦਾ ਤੇ ਪੁਲਿਸ ਇਹ ਕਹਿ ਕੇ ਗੇਰਾ ਕਰਦੀ ਵੀ ਦਫਰੀ ਘੱਟ ਆ ਜੀ, ਪੁਲਿਸ ਦੀ ਕਮੀ ਆ, ਇਹ ਗੁਜ਼ਾਰਾ ਨਹੀਂ ਆ। ਸਰਕਾਰ ਬਿਲਕੁਲ ਫੇਲੋਰ ਸਾਬਤ ਹੋ ਰਹੀ ਆ, ਜਾਨ ਮਾਲ ਦੀ ਰਾਖੀ ਕਰਨ ਵਾਸਤੇ ਵੀ ਪੰਜਾਬ ਪੁਲਿਸ, ਖਾਸ ਕਰਕੇ ਮੈਂ ਕਹੂੰਗਾ ਨਕੋਦਰ ਪੁਲਿਸ ਦਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋ ਚੁੱਕਾ। ਅੱਜ ਮੇਰੀ ਭੈਣ ਮੇਰੇ ਭਰਾ ਦੇ ਘਰ ਮਾਤਮ ਆ, 1,00,000 ਰੁਪਇਆ ਉਹਨਾਂ ਦੇ ਘਰੋਂ ਚੱਕਿਆ ਗਿਆ ਦਿਨ ਦਿਹਾੜੇ, ਇਹਦੀ ਭਰਪਾਈ ਕੌਣ ਕਰੂਗਾ? ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਫਿਰ ਵੀ ਜਲਦ ਤੋਂ ਜਲਦ ਜਿਹੜੇ ਚੋਰ ਦਿਨ ਦਿਹਾੜੇ ਤੁਰੇ ਫਿਰਦੇ ਆ, ਕਲਿਪਿੰਗ ਲੈ ਲੈਂਦੇ ਆ, ਵੀਡੀਓ ਕਲਿਪਿੰਗ ਦੇ ਦਈਆਂ, ਪਰ ਹੱਲ ਕੋਈ ਨਿਕਲਦਾ ਨਹੀਂ। ਦੇ ਦਿਓ ਜੀ ਕਲਿਪਿੰਗ, ਕਲਿਪਿੰਗ ਦੇ ਕੇ ਕੀ ਕਰਾਂਗੇ, ਜਾਂ ਚੋਰਾਂ ਨਾਲ ਫੜਨਾ ਹੀ ਕੋਈ ਨਹੀਂ। ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਮੁਸਲਮਾਨੀ ਰੂਹਾਨੀਆਂ ਤੇ ਕਾਲੇ ਇਲਮ ਦੇ ਮਾਹਿਰ ਮੀਆਂ ਫਰੀਦ ਅਲੀ, ਸੰਪਰਕ ਕਰੋ 98-559-31-603। 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਾਓ। ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਖੁਆ ਪਿਆਰ ਵਾਪਸ ਪਾਉਣਾ, ਤਲਾਕ ਕੇਸ, ਵਿਦੇਸ਼ ਵਿੱਚ ਪੱਕਾ ਹੋਣਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ।